ਮੈਂ ਅਨਪੜ੍ਹ ਹਾਂ ਗਿਆ, ਦੇਸੀ ਜੱਟਾਂ ਦਾ ਪੀਂਦੇ ਵੀ ਦੇਸੀ ਆ, ਹੈ ਵੀ ਦੇਸੀ ਆ, ਹੈ ਹਾਂ। ਹੋਰ ਸੋਚ ਸਮਝ ਕੇ ਪਾਵੋਗੇ? ਹੋਰ ਪੂਰੀ ਸੋਚ ਸਮਝ ਕੇ ਮਾਨ ਸਾਹਿਬ ਨੂੰ ਪਾਵਾਂਗੇ ਨਾ। ਇਹਦਾ ਸਾਫ਼ ਹੈ ਜੀ ਗੱਲ ਸਾਰੀ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੁਬਾਰਾ ਇਸ ਵਾਰੀ ਫਿਰ ਜਿਹੜਾ ਇਤਿਹਾਸ ਹੈ ਉਹ ਰਚਣਾ ਹੈਗਾ। ਜੇ ਉਹਨਾਂ ਨੇ MLA ਬਣਨਾ ਹੁੰਦਾ ਜਾਂ ਉਹਨਾਂ ਨੇ MP ਬਣਨਾ ਹੁੰਦਾ ਜਾਂ ਉਹਨਾਂ ਨੇ ਮੁੱਖ ਮੰਤਰੀ ਬਣਨਾ ਹੁੰਦਾ ਤਾਂ ਉਹ 1999 'ਚ ਹੀ ਬਣ ਜਾਂਦੇ, ਕਿਉਂਕਿ ਉਹਨਾਂ ਕੋਲ ਸਾਰੀਆਂ ਔਫਰਾਂ ਜਿਹੜੀਆਂ ਸਰਕਾਰਾਂ ਨੇ ਉਸ ਸਮੇਂ ਦੀਆਂ ਨੇ ਦਿੱਤੀਆਂ ਨੇਗੀਆਂ। ਦੇਖੋ ਜੀ, ਅਸੀਂ ਵੋਟਾਂ ਨੇ ਜਿਹੜੀਆਂ ਜੀ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਜੀ। ਹੁਣ ਗੱਲ ਆ ਗਈ ਜੀ ਅਣਖਾਂ 'ਤੇ, ਜੇ ਅਸੀਂ ਖੰਡੂਰ ਸਾਹਿਬ ਦੇ ਵਾਸੀ ਹੁੰਦੇ ਜੀ ਫਿਰ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਪਾਉਂਦੇ ਜੀ। ਇਸ ਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਲੋਕਾਂ ਨੇ 8 ਸਾਲ ਦੇ ਵਿੱਚ ਕੁਛ ਨਹੀਂ ਕਰਿਆ, ਜਿਨ੍ਹਾਂ ਦਾ 8 ਸਾਲ ਦਾ ਫੰਡ 40 ਕਰੋੜ ਰੁਪਇਆ ਵਾਪਸ ਹੋ ਗਿਆ, 1 ਰੁਪਇਆ ਕਿਸੇ ਪਿੰਡ ਦੇ ਵਿੱਚ ਨਹੀਂ ਦਿੱਤਾ, ਉੱਥੇ 1.5 ਸਾਲ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ 7.5 ਕਰੋੜ ਰੁਪਇਆ ਉਹਨਾਂ ਦੀ ਗ੍ਰਾਂਟ ਜਿਹੜੀ ਬਣਦੀ ਸੀ ਉਹ ਤੋਂ ਇਲਾਵਾ 2.5 ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਬੈਸਟ MP ਦਾ ਇਨਾਮ ਮਿਲੇਗਾ ਉਹ ਵੀ ਉਹਨਾਂ ਲੋਕਾਂ ਵਿੱਚ ਵੰਡਤਾ। ਜੇ ਸਾਡੇ ਦਾੜੀ ਜਾਂ ਨਹੀਂ ਹੈਗੀ, ਜੇ ਤਾਂ ਮਤਲਬ ਇਹ ਨਹੀਂ, ਸਾਡੇ ਖੂਨ 'ਚ ਸਿੱਖੀ ਹੈ ਜੀ ਦਾੜੀ ਦੇ ਕੀ ਹੈ ਜੀ, ਦਾੜੀ ਤਾਂ ਅਸੀਂ ਕੱਲ੍ਹ ਨੂੰ ਵੀ ਰੱਖ ਲਾਂਗੇ, ਪਰਨੇ ਅਸੀਂ ਪਰਸੋਂ ਨੂੰ ਵੀ ਮੰਨ ਲਾਂਗੇ, ਪਰ ਸਾਡੇ ਖੂਨ ਆ ਨਾ ਖੂਨ 'ਚ ਵੀ ਸਿੱਖੀ ਹੈ ਸਾਡੇ। ਕਿਵੇਂ ਕੀ ਲੱਗਦਾ ਜੀ ਇਸ ਵਾਰ ਫਿਰ ਕੀ ਰਹਿਣਾ? ਮਾਨ ਸਾਹਿਬ ਨੂੰ ਵੋਟ ਪਾਵਾਂਗੇ। ਪਹਿਲਾਂ ਤਾਂ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਾਂ, ਉੱਥੇ ਵੀ ਸਾਡੀ ਜਾਤ ਪੁੱਛੀ ਮੋਦੀ ਨੇ, ਅਸੀਂ ਤਾਂ ਬਸ ਇਹੀ ਹੈ ਕਿਸੇ ਪਾਰਟੀ ਦਾ ਵਿਰੋਧ ਵੀ ਨਹੀਂ ਕਰਦੇ, ਅਸੀਂ ਵਿਰੋਧ ਨਹੀਂ ਕਿਸੇ ਕਰਦੇ, ਪਰ ਅਸੀਂ ਇਹ ਗੱਲ ਜ਼ਰੂਰ ਕਹਿਣਾ ਮੋਦੀ ਦੀਆਂ ਜੜ੍ਹਾਂ ਪੱਟਾਂਗੇ। ਚਲੋ ਅਜੇ ਵੀ ਭਗਵੰਤ ਮਾਨ ਚਾਹੇ ਕਿਵੇਂ ਵੀ ਹੈ, ਸਾਨੂੰ ਲਾਈਟ ਤਾਂ ਉਹਨੇ ਦਿੱਤੀ, ਉਹੀ ਤਾਰਾਂ ਨੇ, ਉਹੀ ਸਭ ਕੁਛ ਹੈਗਾ, ਪਰ ਵੋਟ ਅਸੀਂ ਮਾਨ ਸਾਹਿਬ ਨੂੰ ਪਾਵਾਂਗੇ ਹੁਣ। ਹਾਂ, CM ਭਗਵੰਤ ਮਾਨ ਦਾ ਇਹ ਕੰਮ ਵਧੀਆ ਲੱਗਦਾ ਕਿ ਲਾਈਟ ਵਧੀਆ ਦਿੱਤੀ, ਸਾਰਾ ਦਿੱਤੀ ਹੈ ਸਾਨੂੰ ਲਾਈਟ, ਦੇਖੋ ਹੁਣ ਪੈਸਿਆਂ 'ਚ ਫਿਰਦੀ ਹੈ ਲਾਈਟ, ਇਹ ਵੀ ਗੱਲ ਕਹਿੰਦੇ ਆ ਜੀ। ਮੋਟਰਾਂ ਦੀ ਲਾਈਟ ਆਉਂਦੀ ਹੈ ਪੂਰੀ ਮਰਜ਼ੀ ਬਾਗ ਜੀ, ਇਹ ਬਲਬ ਜਾਗਦਾ। ਤੁਸੀਂ ਫਰਕ ਦੇਖੋ, ਦਿੱਲੀ ਦਾ ਸਾਰਾ ਜ਼ੋਰ ਲੱਗਿਆ ਪਿਆ, ਜਿਹੜੇ ਖਹਿਰੇ ਖੂਰੇ ਵਰਗੇ ਨੇ, ਮੀਤ ਹਿਆਰ ਵਰਗੇ ਨੇ, ਝੁੰਦੇ ਝਾਂਦੇ ਨੇ, ਜਿਹੜੇ ਖੰਨੇ ਖੁੰਨੇ ਵਰਗੇ ਨੇ, ਇਹਦਾ ਮਾਨ ਦੀਆਂ ਵੋਟਾਂ ਖਰਾਬ ਕਰਨ ਵਾਸਤੇ, ਮਾਨ ਨੂੰ ਹਰਾਉਣ ਵਾਸਤੇ ਇੱਥੇ ਆਏ ਹੋਏ ਨੇ, ਨਾ ਕਿ ਪਾਰਟੀ ਦੀ ਕੋਈ ਗੱਲ ਕਰਨ। ਸੈਂਟਰ ਦੀ ਸਰਕਾਰ ਦੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦਾ ਤਾਂ ਸਿਮਰਜੀਤ ਸਿੰਘ ਮਾਨ ਹੀ ਕਰ ਸਕਦਾ, ਹੋਰ ਕੋਈ ਪੰਜਾਬ ਦੇ ਵਿੱਚ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਸਾਰੇ ਗਏ ਹੋਏ ਨੇ ਜੀ। ਭਗਵੰਤ ਮਾਨ ਦਾ ਗੈਲ ਬਹਿ ਕੇ ਦਾਰੂ ਪੀ ਕੇ ਮੁੜਿਆ ਹੁੰਦੀ ਆ, ਉਹਨੂੰ ਤਾਂ ਕੋਈ ਸੀਟ 'ਤੇ ਵੀ ਨਹੀਂ ਬੈਠਣ ਦਿੰਦਾ ਸੀਗਾ। ਸੈਂਟਰਲ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ, ਲਗਾਤਾਰ ਪ੍ਰਚਾਰ ਜਾਰੀ ਆ, ਲੋਕਾਂ ਦੀ ਕੀ ਰਾਏ ਆ, ਸੱਥ ਦੀ ਕੀ ਆਵਾਜ਼ ਆ, ਜਾਨੀ ਕਿ ਪਿੰਡਾਂ 'ਚ ਜਾ ਕੇ ਵੀ ਸਰਵੇ ਕੀਤੇ ਜਾਂਦੇ ਨੇ ਕਿ ਵੋਟਾਂ ਕਿਸ ਪਾਰਟੀ ਨੂੰ ਵੱਧ ਪੈ ਸਕਦੀਆਂ ਨੇ, ਵੋਟਾਂ 'ਚ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਸਕਦਾ, ਕਿਵੇਂ ਦਾ ਰਹਿਣ ਵਾਲਾ। ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤਹਿਰ, ਕਾਂਗਰਸ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ, BJP ਤੋਂ ਅਰਵਿੰਦ ਖੰਨਾ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ, ਕਿਹੜੀ ਪਾਰਟੀ ਇਸ ਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੀ ਜਿੱਤ ਦਰਜ ਕਰੇਗੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਬਲਿਆਲ ਵਿਖੇ ਮੌਜੂਦ ਹਾਂ, ਗੱਲਬਾਤ ਕਰਾਂਗੇ ਸਾਰੀ ਕਿ ਖੁੰਡ ਚਰਚਾ ਕੀ ਹੁੰਦੀ ਆ, ਕੀ ਅਨੁਮਾਨ ਲਗਾਇਆ ਜਾਂਦਾ ਕਿ ਕਿਹੜੀਆਂ ਪਾਰਟੀ ਨੂੰ ਜ਼ਿਆਦਾ ਵੋਟਾਂ ਪੈਣਗੀਆਂ। ਸੋ ਗੱਲਬਾਤ ਕਰਨ ਲਈ ਪਿੰਡ ਬਲਿਆਲ ਦੇ ਪਾਰਕ 'ਚ ਮੌਜੂਦ ਹਾਂ, ਜਿੱਥੇ ਪਾਰਕ ਦੇ ਵਿੱਚ ਪਿੰਡ ਵਾਸੀ ਵੀ ਪਹੁੰਚ ਰਹੇ ਨੇ, ਸੋ ਲਗਾਤਾਰ ਗੱਲਬਾਤ ਵੀ ਕਰਾਂਗੇ। ਹਾਂਜੀ ਵੀ ਜੀ, ਕੀ ਨਾਮ ਹੈ ਜੀ ਆਪਣਾ? ਸੁਖਵਿੰਦਰ ਸਿੰਘ ਬਲਿਆਲ ਜੀ। ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਲੋਕ ਸਭਾ ਹਲਕਾ ਸੰਗਰੂਰ 'ਚ ਕੀ ਰਹਿਣ ਵਾਲਾ ਇਸ ਵਾਰ, ਕੀ ਲੱਗਦਾ ਤੁਹਾਨੂੰ? ਇਹਦਾ ਸਾਫ਼ ਹੈ ਜੀ ਗੱਲ ਸਾਰੀ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੁਬਾਰਾ ਇਸ ਵਾਰੀ ਫਿਰ ਜਿਹੜਾ ਇਤਿਹਾਸ ਹੈ ਉਹ ਰਚਣਾ ਹੈਗਾ, ਕਿਉਂਕਿ ਲੋਕ ਸਾਰਾ ਕੁਝ ਸਮਝ ਚੁੱਕੇ ਨੇ, ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖੀਆਂ ਹੋਈਆਂ ਨੇ ਕਿਹਨੇ ਕੀ ਕਰਿਆ, ਕਿਹਨੇ ਕੀ ਕਰਿਆ, ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਉਹ ਸ਼ਖਸੀਅਤ ਨੇ ਜਿਹੜੇ ਆਪਣੇ ਵਾਸਤੇ ਨਹੀਂ, ਜਿੰਨਾ ਆਪਣੇ ਪਰਿਵਾਰ ਵਾਸਤੇ ਲੜਦੇ ਨੇ, ਉਹ ਸਿਰਫ ਲੋਕਾਂ ਵਾਸਤੇ ਲੜ ਰਹੇ ਨੇਗੇ। ਉਹ ਉਹਨੂੰ 40 ਸਾਲ ਹੋ ਗਏ ਲਗਾਤਾਰ
ਉਹ ਨਾ ਤਾਂ ਕਿਸੇ ਉਹਨਾਂ ਨੇ ਕੋਈ ਪਾਰਟੀ ਬਦਲੀ ਹੈ, ਨਾ ਉਹਨਾਂ ਨੇ ਉਹਨਾਂ ਨੂੰ ਕੋਈ ਵੇਚ ਉਹਨਾਂ ਨੂੰ ਕੋਈ ਖਰੀਦ ਸਕਿਆ, ਨਾ ਉਹ ਕਦੇ ਵਿਕੇ ਨੇਗੇ। ਉਹਨਾਂ ਨੇ ਜਿਹੜੀ ਆਪਣੀ ਗੱਲ ਹੈ ਜੋ ਸ਼ੁਰੂ ਤੋਂ ਕਰਦੇ ਆਉਂਦੇ ਨੇ ਉਹੀ ਕਰਦੇ ਆ ਰਹੇ ਨੇ। ਜਿਹੜੀ ਬਾਕੀ ਦੂਜੇ ਤੀਜੇ ਨੇ ਉਹਨਾਂ ਨੂੰ ਸਾਰੇ ਲੋਕ ਜਾਣਦੇ ਨੇ ਵੀ ਕੋਈ ਕਿਸੇ ਪਾਰਟੀ 'ਚ, ਕੋਈ ਕਿਸੇ ਪਾਰਟੀ 'ਚ, ਕੋਈ ਕਿਸੇ ਪਾਰਟੀ 'ਚ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਉਹਨਾਂ ਨੇ MLA ਬਣਨਾ ਹੁੰਦਾ ਜਾਂ ਉਹਨਾਂ ਨੇ MP ਬਣਨਾ ਹੁੰਦਾ ਜਾਂ ਉਹਨਾਂ ਨੇ ਮੁੱਖ ਮੰਤਰੀ ਬਣਨਾ ਹੁੰਦਾ ਤਾਂ ਉਹ 1999 'ਚ ਹੀ ਬਣ ਜਾਂਦੇ, ਕਿਉਂਕਿ ਉਹਨਾਂ ਕੋਲ ਸਾਰੀਆਂ ਔਫਰਾਂ ਜਿਹੜੀਆਂ ਸਰਕਾਰਾਂ ਨੇ ਉਸ ਸਮੇਂ ਦੀਆਂ ਨੇ ਦਿੱਤੀਆਂ ਨੇਗੀਆਂ। ਪਰ ਸਰਦਾਰ ਸਿਮਰਜੀਤ ਸਿੰਘ ਮਾਨ ਪੰਜਾਬ ਦੀ ਗੱਲ ਕਰਦੇ ਨੇ, ਲੋਕਾਂ ਦੀ ਗੱਲ ਕਰਦੇ ਨੇ, ਸਾਡੀ ਹੋਣ ਦੀ ਗੱਲ ਕਰਦੇ ਨੇ, ਸਾਡੇ ਸੱਭਿਆਚਾਰ ਦੀ ਗੱਲ, ਸਾਡੀ ਫਸਲ ਦੀ ਗੱਲ, ਸਾਡੀ ਨਸਲ ਦੀ ਗੱਲ ਕਰਦੇ ਨੇ। ਇਸ ਕਰਕੇ ਲੋਕ ਸਾਰਾ ਕੁਝ ਜਾਣਦੇ ਨੇ ਜੀ। ਇਹ ਤਾਂ ਤੁਹਾਨੂੰ ਕੀ ਲੱਗਦਾ ਜਿਮਨੀ ਚੋਣ 'ਚ ਜਿੱਤੇ, ਉਸ ਤੋਂ ਬਾਅਦ ਜਿਹੜਾ 1.5 ਸਾਲ ਦਾ ਕਾਰਜਕਾਲ, ਪੌਣੇ 2 ਸਾਲ ਦਾ ਕਾਰਜਕਾਲ ਸੀ, ਉਹ ਕਿਵੇਂ ਦਾ ਰਿਹਾ? ਕੰਮ ਕੁੰਮ ਕਰੇ ਨੇ, ਕੰਮ ਕਾਜ ਤੁਹਾਨੂੰ ਵਧੀਆ ਲੱਗਦੇ ਨੇ? ਵੀ ਕਿਹੜੇ ਪੁਆਇੰਟ ਨਾਲ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਕਹਿੰਦੇ ਹੋ ਕਿ ਰਿਪੀਟ ਹੋ ਜਾਣਗੇ? ਦੇਖੋ ਜੀ, 1999 ਤੋਂ ਲੈ ਕੇ 2004 ਤੱਕ ਦਾ ਜਿਹੜਾ MP ਕਾਰਜਕਾਲ ਰਿਹਾ ਮਾਨ ਸਾਹਿਬ ਦਾ, ਜੋ ਸੰਗਰੂਰ ਤੋਂ ਲੋਕਾਂ ਨੇ ਜਿਤਾਏ ਨੇ, ਉਦੋਂ ਹੀ ਪਤਾ ਲੱਗਿਆ ਲੋਕਾਂ ਨੂੰ ਵੀ MP ਕੋਟੇ ਦੇ ਵਿੱਚ ਗ੍ਰਾਂਟ ਹੁੰਦੀ ਹੈ। ਉਦੋਂ ਹੀ ਲੋਕਾਂ ਨੂੰ ਪਤਾ ਲੱਗਿਆ ਵੀ MP ਵੀ ਇੱਕ ਟੈਂਕੀਆਂ ਵੰਡ ਸਕਦਾ। ਉਦੋਂ ਹੀ ਪਤਾ ਲੱਗਿਆ ਵੀ MP ਵੀ ਆਨੰਦ ਮੈਰਿਜ ਐਕਟ ਦਾ ਮੁੱਦਾ ਚੱਕ ਸਕਦਾ ਹੈਗਾ। ਉਦੋਂ ਹੀ ਪਤਾ ਲੱਗਿਆ ਵੀ MP ਪੰਜਾਬ ਦੇ ਕਿਹੜੇ ਕਿਹੜੇ ਮੁੱਦਿਆਂ ਦੀ ਕਿਹੜੀ ਕਿਹੜੀ ਗੱਲ ਕਰ ਸਕਦੇਗਾ। ਇਸੇ ਤਰ੍ਹਾਂ ਉਸੇ ਲੜੀ ਦੇ ਤਹਿਤ ਇਸ ਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਲੋਕਾਂ ਨੇ 8 ਸਾਲ ਦੇ ਵਿੱਚ ਕੁਛ ਨਹੀਂ ਕਰਿਆ, ਜਿਨ੍ਹਾਂ ਦਾ 8 ਸਾਲ ਦਾ ਫੰਡ 40 ਕਰੋੜ ਰੁਪਇਆ ਵਾਪਸ ਹੋ ਗਿਆ, 1 ਵੀ ਰੁਪਇਆ ਕਿਸੇ ਪਿੰਡ ਦੇ ਵਿੱਚ ਨਹੀਂ ਦਿੱਤਾ, ਉੱਥੇ 1.5 ਸਾਲ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ 7.5 ਕਰੋੜ ਰੁਪਇਆ ਉਹਨਾਂ ਦੀ ਗ੍ਰਾਂਟ ਜਿਹੜੀ ਬਣਦੀ ਸੀ ਉਹ ਤੋਂ ਇਲਾਵਾ 2.5 ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਬੈਸਟ MP ਦਾ ਇਨਾਮ ਮਿਲਿਆ ਹੈਗਾ, ਉਹ ਵੀ ਉਹਨਾਂ ਲੋਕਾਂ ਦੇ ਵਿੱਚ ਵੰਡਤਾ। ਹਰੇਕ ਪਿੰਡ ਦੇ ਵਿੱਚ ਟੈਂਕੀ ਦਿੱਤੀ ਗਈ ਹੈ, ਕਿਤੇ ਬੈਂਚ ਦਿੱਤੇ ਗਏ ਨੇ, ਅਤੇ ਕਿਤੇ ਹੋਰ ਜਿਹੜੀਆਂ MP ਕੋਟੇ ਦੀਆਂ ਗਰੰਟਾਂ ਨੇ ਜਾਂ ਉਹ MP ਕੋਟੇ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਗਈਆਂ। ਸਭ ਤੋਂ ਵੱਡੀ ਗੱਲ ਜਿਹੜੀ ਸੰਗਰੂਰ ਜ਼ਿਲ੍ਹੇ ਦਾ 164 ਕਰੋੜ ਰੁਪਇਆ ਬਿਜਲੀ ਪ੍ਰੋਜੈਕਟ ਦਾ ਜਿਹੜਾ ਮਨਜ਼ੂਰ ਕਰਾਇਆ ਨਵੀਨੀਕਰਨ ਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ, 2025 ਤੱਕ ਇਹ ਜਿਹੜਾ ਸਾਰਾ ਕੁਝ ਆ ਜਿਹੜੀਆਂ ਤਾਰਾਂ ਤੁਸੀਂ ਦੇਖ ਰਹੇ ਹੋ ਸਾਰਾ ਕੁਛ ਇਹ ਸਾਰੀਆਂ ਅੰਡਰਗਰਾਊਂਡ ਹੋ ਜਾਣੀਆਂ ਨੇ ਜੀ। ਇਹ ਬਹੁਤ ਵੱਡੀ ਜਿਹੜੀ ਪ੍ਰਾਪਤੀ ਹੈ ਸੰਗਰੂਰ ਜ਼ਿਲ੍ਹੇ ਸਰਦਾਰ ਸਿਮਰਜੀਤ ਸਿੰਘ ਮਾਨ ਲੈ ਕੇ ਆਏ ਨੇ, ਜਿਹੜੀ ਅੱਜ ਤੱਕ ਕਿਸੇ ਵੀ MP ਨੇ ਅੱਜ ਤੱਕ ਕਿਸੇ ਵੀ ਲੋਕਾਂ ਤੱਕ, ਜਿੰਨੇ ਹੋਰ ਵੀ MP ਹੈਗੇ ਨੇ ਪੰਜਾਬ ਦੇ ਵਿੱਚ, 12 MP ਹੋਰ ਵੀ ਹੈਗੇ ਨੇ, ਤੁਸੀਂ ਹੋਰ ਨਾਲ ਉਹਨਾਂ ਦਾ ਮਤਲਬ ਕੰਪੈਰੀਜ਼ਨ ਕਰ ਲਓ, ਇੱਕ ਪਾਸੇ 1.5 ਸਾਲ ਹੈ, ਇੱਕ ਪਾਸੇ 5-5 ਸਾਲ ਨੇ, ਤੁਸੀਂ ਆਪ ਹੀ ਦੇਖ ਲਓ ਜੀ। ਬਿਲਕੁਲ ਜੀ, 1.5 ਸਾਲ ਦੀ ਕਾਰਗੁਜ਼ਾਰੀ ਤੋਂ ਕਿਤੇ ਨਾ ਕਿਤੇ ਮੰਨਦੇ ਨੇ ਕਿ ਵਧੀਆ ਕੰਮ ਹੋਇਆ, ਵਧੀਆ ਕੀਤਾ। ਸੋ ਗੱਲਬਾਤ ਜਾਰੀ ਆ, ਲਗਾਤਾਰ ਨੌਜਵਾਨ ਬਾਈ ਜੀ ਹੋਰੀ ਮੌਜੂਦ ਨੇ, ਕੀ ਨਾਮ ਆ ਬੀ ਜੀ? ਮੈਨੂੰ ਨਹੀਂ, ਹਾਂਜੀ ਬੀ ਜੀ, ਕੀ ਨਾਮ ਆ ਜੀ? ਸਤਿਗੁਰ ਸਿੰਘ ਆ ਬਾਈ ਜੀ। ਸਤਿਗੁਰ ਜੀ, ਕੀ ਲੱਗਦਾ ਕਿਵੇਂ ਦਾ ਰਹਿਣ ਵਾਲਾ ਸੰਗਰੂਰ ਸੀਟ ਤੋਂ ਇਸ ਵਾਰ? ਦੇਖੋ ਜੀ, ਅਸੀਂ ਵੋਟਾਂ ਨੇ ਜਿਹੜੀਆਂ ਜੀ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਜੀ। ਹੁਣ ਗੱਲ ਆ ਗਈ ਜੀ ਅਣਖਾਂ 'ਤੇ, ਜੇ ਅਸੀਂ ਖੰਡੂਰ ਸਾਹਿਬ ਦੇ ਵਾਸੀ ਹੁੰਦੇ ਜੀ ਫਿਰ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਪਾਉਂਦੇ ਜੀ। ਹੁਣ ਸਾਨੂੰ ਜੀ ਆਪਦੇ ਬੱਚਿਆਂ ਦੀ ਰਾਖੀ ਲਈ, ਆਪਦੇ ਜਿਹੜੇ ਧੀਆਂ ਭੈਣਾਂ ਨੇ ਸਾਡੀਆਂ ਜੀ, ਦਾੜੀਆਂ ਦੀ ਲਾ ਲਓ ਵੀ, ਪੱਗਾਂ ਦੀ ਲਾਜ ਰੱਖਣ ਲਈ ਜਿਹੜੇ ਹਿਸਾਬ ਨਾਲ ਧਰਨੇ ਲੱਗ ਰਹੇ, ਸਰਕਾਰ ਬਹੁਤ ਧੱਕਾ ਕਰ ਰਹੀ ਹੈ ਜੀ। ਹੁਣ ਸਾਨੂੰ ਜੀ ਮੋੜ ਘੁੜ ਕੇ ਸਾਨੂੰ ਉੱਥੇ ਆਉਣਾ ਪਊਗਾ, ਯਾਨੀ ਕਿ ਸਾਨੂੰ ਆਪਦੀ ਸਿੱਖੀ ਬਚਾਉਣੀ ਪਊਗੀ, ਤਾਂ ਅਸੀਂ ਸਿਮਰਜੀਤ ਸਿੰਘ। ਪਰ ਤੁਸੀਂ ਸਿੱਖ ਨਹੀਂ ਹੈਗੇ, ਦਾੜੀ ਵੀ ਨਹੀਂ ਰੱਖੀ ਹੋਈ ਹੈ ਨਾ, ਪਰ ਜੇ ਸਾਡੇ ਦਾੜੀ ਜਾਂ ਨਹੀਂ ਹੈਗੀ, ਜੇ ਤਾਂ ਮਤਲਬ ਇਹ ਨਹੀਂ ਸਾਡੇ ਖੂਨ 'ਚ ਸਿੱਖੀ ਹੈ ਜੀ। ਦਾੜੀ ਦੇ ਕੀ ਹੈ ਜੀ, ਦਾੜੀ ਦੇ ਅਸੀਂ ਕੱਲ੍ਹ ਨੂੰ ਵੀ ਰੱਖ ਲਾਂਗੇ, ਪਰ ਨਹੀਂ ਅਸੀਂ ਪਰਸੋਂ ਨੂੰ ਵੀ ਮੰਨ ਲਾਂਗੇ, ਪਰ ਸਾਡੇ ਖੂਨ ਆ ਨਾ, ਖੂਨ 'ਚ ਵੀ ਸਿੱਖੀ ਹੈ ਸਾਡੇ, ਹੋਰ ਸਾਡੇ ਹਿੰਦੂ ਭਰਾ ਹੋਰ ਨਾਲ ਖੜੇ ਨੇ। ਜੇ ਅਸੀਂ ਕਹੀਏ ਇਹ ਪੰਡਿਤ ਨੇ ਜੀ, ਉਹ ਹੋਰ ਜਾਤ ਦੇ ਨੇ ਜੀ, ਇਹ ਵੀ ਸਿੱਖੀ ਨੂੰ ਬਹੁਤ ਪਿਆਰ ਕਰਦੇ ਨੇ ਜੀ। ਯਾਨੀ ਕਿ ਦਾੜੀ ਰੱਖਣ ਨਾਲ ਕੋਈ ਸਿੱਖ ਨਹੀਂ ਹੁੰਦਾ ਜੀ, ਉਹ ਸਾਡੀ ਇੱਕ ਨਿਸ਼ਾਨੀ ਹੈ ਜੀ। ਪਹਿਰਾਵਾ ਵੀ ਹੁੰਦਾ ਸਿੱਖੀ ਦਾ, ਪਹਿਰਾਵਾ ਹੁੰਦਾ, ਦੇਖਦਾ ਦੂਰੋਂ ਹੀ ਵੀ ਸਿੱਖ ਆ ਰਿਹਾ ਨਾਲ ਜੀ। ਹੁਣ ਜਦੋਂ ਆ ਗਏ ਜੀ, ਹੁਣ ਸਾਨੂੰ ਸਾਰਾ ਕੁਝ ਕਰਨਾ ਪਊਗਾ ਜੀ। ਹੁਣ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ, ਤਾਂ ਅਸੀਂ ਆਪਦੇ ਬੱਚਿਆਂ ਦੇ ਕੇਸ ਰਖਾਵਾਂਗੇ, ਸਾਰਾ ਕੁਝ ਕਰਾਂਗੇ ਜੀ, ਦਾੜੀਆਂ ਵੀ ਰੱਖਾਂਗੇ ਜੀ। ਤੁਹਾਨੂੰ ਕੀ ਲੱਗਦਾ, ਗੁਰਮੀਤ ਸਿੰਘ ਮੀਤ ਇਹ ਆਮ ਆਦਮੀ ਪਾਰਟੀ ਤੋਂ ਨੇ ਸੰਗਰੂਰ 'ਚੋਂ, ਕਾਰਗੁਜ਼ਾਰੀ ਕਿਵੇਂ ਲੱਗਦੀ? ਆਮ ਆਦਮੀ ਪਾਰਟੀ ਕਹਿ ਰਹੀ ਆ ਵੀ ਕੋਈ ਵੀ ਕੈਂਡੀਡੇਟ ਸਾਡੇ ਮੁਕਾਬਲੇ ਦਾ ਨਹੀਂ ਹੈਗਾ, ਸਾਰੇ ਦੂਜੇ ਨੰਬਰ ਦੀ ਲੜਾਈ ਲੜ ਰਹੇ ਨੇ, ਅਸੀਂ ਤਾਂ ਜਿੱਤ ਚੁੱਕੇ ਹਾਂ, ਅਸੀਂ ਤਾਂ 1 ਨੰਬਰ 'ਤੇ ਆ ਹੀ ਜਾਣਾ।
ਐਂ ਤਾਂ ਜੀ ਹਰੇਕ ਕਹਿੰਦਾ ਅਸੀਂ ਜਿੱਤ ਚੁੱਕੇ ਹਾਂ ਜੀ। ਉਹਦਾ ਲੋਕ ਦੱਸਣਗੇ ਜੀ ਹੁਣ ਵੀ ਕੀ ਕਰਦੇ ਨੇ, ਇਹ ਵੀ ਪਹਿਲਾਂ ਹੀ ਕਰਦੇ ਹੁੰਦੇ ਸੀਗੇ, ਹਰੇਕ ਕਹਿੰਦਾ ਮੈਂ ਜਿੱਤ ਗਿਆ ਜੀ, ਪਰ ਅੰਦਰੋਂ ਪਤਾ ਲੱਗਦਾ ਵੀ ਹੁਣ ਕਿਹਦਾ ਕੋਟਾ ਭਾਰੀ ਹੋਊਗਾ। ਹਾਂ, ਸੁਖਪਾਲ ਸਿੰਘ ਖਹਿਰਾ ਇੱਥੇ ਆਏ ਨੇ, ਉਹ ਵੀ ਕਾਂਗਰਸ ਤੋਂ ਲੜ ਰਹੇ ਨੇ, ਦਿੱਗਜ ਨੇਤਾ ਨੇ, ਦਿੱਗਜ ਲੀਡਰ ਨੇ, ਕਿ ਉਹਨਾਂ ਦੀ ਤੈਅ ਹੀ ਆ ਜੀ ਮੁਕਾਬਲਾ ਉਹਨਾਂ ਦਾ ਹੀ ਲੱਗਦਾ। ਮੁਕਾਬਲਾ ਤਾਂ ਜੀ ਹੁਣ ਕੋਈ ਕਿੰਨੀ ਮੁਕਾਬਲਾ ਹੋਈ ਜਾਵੇ, ਪਰ ਸਿਮਰਜੀਤ ਸਿੰਘ ਮਾਨ ਨੇ ਜੀ, ਹੁਣ ਸਾਰੇ ਜੱਟ ਜ਼ਿਮੀਂਦਾਰ ਜਿੰਨੇ ਨੇ ਜੀ, ਸਾਰੇ ਯੋਧਰੇ ਨੇ ਜੀ, ਹੁਣ ਸਾਰੇ ਜਿੰਨੇ ਕਿਸਾਨ ਭਰਾ ਨੇ ਜੀ, ਆਪਣੇ ਧੀਆਂ ਭੈਣਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ। ਪਹਿਲਾਂ ਸਾਰਿਆਂ ਨੂੰ ਜਿਤਾ ਕੇ ਦੇਖ ਲਿਆ ਜੀ, ਕਿਸੇ ਨੇ ਕੰਮ ਜੇ ਵਧੀਆ ਕਰਿਆ ਘਟਿਆ ਕਰਿਆ ਜੀ, ਪਰ ਸਰਕਾਰ ਦੇ ਹਿਸਾਬ ਨਾਲ ਜਦ ਧੱਕਾ ਹੋ ਰਿਹਾ ਜੀ, ਸਿੱਖੀ ਨਾਲ ਕਿਸਾਨਾਂ ਨਾਲ ਬਾਹਲਾ ਧੱਕਾ ਹੋ ਰਿਹਾ ਜੀ, ਤਾਂ ਸਾਰੇ ਬਦਲ ਚੁੱਕੇ ਨੇ ਜੀ। ਉਹ ਕਹਿੰਦੇ ਵੀ ਕਿਸੇ ਨੇ ਕੋਈ ਆਪਣੀ ਸੁਣਵਾਈ ਨਹੀਂ ਕਰੀ, ਹੁਣ ਇੱਧਰ ਪਲੜਾ ਭਾਰੀ ਹੈ ਜੀ ਸਿਮਰਜੀਤ ਸਿੰਘ। ਬਿਲਕੁਲ ਜੀ, ਲੋਕ ਓਪੀਨੀਅਨ ਕੀ ਆ, ਲੋਕ ਪੱਖ ਕੀ ਆ, ਕੀ ਨਾਮ ਆ ਜੀ? ਹਾਕਮ ਸਿੰਘ ਜੀ। ਅੱਛਾ, ਕਿਵੇਂ ਕੀ ਲੱਗਦਾ ਜੀ ਇਸ ਵਾਰ ਫਿਰ ਕੀ ਰਹਿਣਾ? ਮਾਨ ਸਾਹਿਬ ਨੂੰ ਵੋਟ ਪਾਵਾਂਗੇ। ਪਹਿਲਾਂ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਾਂ, ਉੱਥੇ ਵੀ ਸਾਡੀ ਜਾਤ ਪੁੱਛੀ ਮੋਦੀ ਨੇ, ਅਸੀਂ ਤਾਂ ਬਸ ਇਹੀ ਆ, ਕਿਸੇ ਪਾਰਟੀ ਦਾ ਵਿਰੋਧ ਵੀ ਨਹੀਂ ਕਰਦੇ, ਅਸੀਂ ਵਿਰੋਧ ਨਹੀਂ ਕਿਸੇ ਕਰਦੇ, ਪਰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਮੋਦੀ ਦੀਆਂ ਜੜਾਂ ਪੱਟਾਂਗੇ। ਹਾਂ, ਉਹ ਨਹੀਂ ਬਖਸ਼ਣਾ ਹੈਗਾ, ਬੜੇ ਬਦੀਨ ਕਰਿਆ, ਹੁਣ ਅਸੀਂ ਖਨੌਰੀ ਬੈਠੇ ਹਾਂ 3 ਮਹੀਨੇ ਹੋ ਗਏ, ਕੋਈ ਉਹਨੇ ਸਾਰ ਨਹੀਂ ਦੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਜੇ 13-0 ਕਰੀ ਤੁਸੀਂ ਤਾਂ ਜੜਾਂ ਪੁੱਟੀਆਂ ਜਾਣਗੀਆਂ, ਮੋਦੀ ਦੀਆਂ ਉਹੀ ਨਹੀਂ ਪੁੱਟੀਆਂ ਜਾਂਦੀਆਂ, ਵੀ ਅਸੀਂ ਉਹ ਪੱਟ ਸਕਦੇ, ਤੁਸੀਂ ਕਹਿੰਦੇ ਹੋ ਕਿ ਮਾਨ ਨੂੰ ਵੋਟਾਂ ਪਾਓ? ਤਾਂ ਜੀ ਉਰੇ ਵਾਲੀ ਬਾਹਰ ਦੀ ਗੱਲ ਆ, ਉੱਥੇ ਦਿੱਲੀ 'ਚ ਸਾਡੇ ਸਿੱਖ ਭੇਜਣੇ ਨੇ, ਅਸੀਂ ਤਾਂ ਅੰਮ੍ਰਿਤਪਾਲ ਵੀ ਉੱਥੇ ਜਾਊ, ਹੋਰ ਮੁੰਡਾ ਉਹ ਵੀ ਜਾਊ, ਮਾਨ ਸਾਹਿਬ ਵੀ ਜਿੱਤ ਕੇ ਉੱਥੇ ਭੇਜਣਾ, ਅਸੀਂ ਤਾਂ ਵੋਟਾਂ ਪਾਵਾਂਗੇ ਇਹਨੂੰ, ਕਿਸੇ ਪਾਰਟੀ ਦਾ ਹੋਰ ਵਿਰੋਧ ਅਸੀਂ ਕਿਸੇ ਦਾ ਨਹੀਂ ਕਰਦੇ, ਵੀ ਫਲਾਣਾ ਹਾਰੇ ਬਾਕੀ ਕਿਸਮਤ ਦੀ ਗੱਲ ਹੈਗੀ। ਹਾਂ, ਬੜੀ ਗੱਲ ਤਾਂ ਅਸੀਂ ਬੀਜੇਪੀ ਦੇ ਖਿਲਾਫ ਹਾਂ, ਵਾਲੇ ਦਾ ਬੜੀ ਬੁਰੀ ਕਰੀ ਆ ਉਹਨੇ ਸਾਡੇ ਨਾਲ, ਸਾਲ ਭਰ ਉੱਥੇ ਬਿਠਾ ਕੇ ਰੱਖਿਆ, 3 ਮਹੀਨੇ ਹੋ ਗਏ ਹੁਣ ਉਹ ਗਰਮੀ 'ਚ ਬੈਠਿਆ ਨੂੰ। ਹਾਂ, ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਆ, ਉਹਨਾਂ ਦੇ ਵੀ ਉਮੀਦਵਾਰ ਨੇ ਇਕਬਾਲ ਸਿੰਘ ਝੁੰਦਾ, ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ, ਅਤੇ ਪੰਥਕ ਪਾਰਟੀ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਨਹੀਂ ਜੀ, ਉਹਨਾਂ ਨੂੰ ਅਸੀਂ ਨਹੀਂ ਚਾਹੁੰਦੇ ਹੈਗੇ, ਬੜੇ ਧੋਖੇ ਕਰੇ ਨੇ ਉਹਨਾਂ ਨੇ ਵੀ, ਸਾਰਾ ਕੁਝ ਵੇਚਦਾ ਉਹਨਾਂ ਨੇ ਤਾਂ ਸਾਡਾ, ਛੱਡਿਆ ਕੀ ਹੈ? ਪਹਿਲਾਂ ਤੁਸੀਂ ਉਹ ਪਾਰਟੀ ਨੂੰ ਦਿੱਲੀ ਦੇ ਬਾਰਡਰਾਂ ਦੇ ਬੈਠੇ, ਉਹਨਾਂ ਦੇ ਕਾਰਨ ਬੈਠੇ ਅਸੀਂ, ਜੇ ਉਹ ਸਹੀ ਹੁੰਦੇ ਨਾ ਇਹ ਚੀਜ਼ਾਂ ਸਾਡੀਆਂ ਵੇਚਦੇ, ਬਿਜਲੀ ਦੀ ਉਹ ਪ੍ਰਾਈਵੇਟ ਸਭ ਕੁਛ ਉਹ ਕਰਤਾ ਉਹਨਾਂ ਨੇ, ਚਲੋ ਅਜੇ ਵੀ ਭਗਵੰਤ ਮਾਨ ਚਾਹੇ ਕਿਵੇਂ ਵੀ ਹੈ, ਸਾਨੂੰ ਲਾਈਟ ਤਾਂ ਉਹਨੇ ਦਿੱਤੀ, ਉਹੀ ਤਾਰਾਂ ਨੇ, ਉਹੀ ਸਭ ਕੁਛ ਹੈਗਾ, ਪਰ ਵੋਟ ਅਸੀਂ ਮਾਨ ਸਾਹਿਬ ਨੂੰ ਪਾਵਾਂਗੇ ਹੁਣ। ਹਾਂ, ਸੀਐਮ ਭਗਵੰਤ ਮਾਨ ਦਾ ਇਹ ਕੰਮ ਵਧੀਆ ਲੱਗਦਾ ਕਿ ਲਾਈਟ ਵਧੀਆ ਦਿੱਤੀ, ਸਾਰਾ ਦਿੱਤੀ ਆ ਸਾਨੂੰ ਲਾਈਟ, ਦੇਖੋ ਹੁਣ ਪੈਸਿਆਂ 'ਚ ਫਿਰਦੀ ਹੈ ਲਾਈਟ, ਇਹ ਵੀ ਗੱਲ ਕਹਿੰਦੇ ਆ ਜੀ, ਮੋਟਰਾਂ ਦੀ ਲਾਈਟ ਆਉਂਦੀ ਹੈ ਪੂਰੀ ਮਰਜ਼ੀ ਬਾਗ ਜੀ, ਇਹ ਬਲਬ ਜਾਗਦਾ। ਹਾਂ, ਇਹ ਵੀ ਗੱਲ ਅਸੀਂ ਕਹਿੰਦੇ ਆਗੇ। ਹਾਂ, ਬਿਜਲੀ ਦੇ ਬਿੱਲ ਮੁਆਫ ਕਰੇ ਨੇ, ਬਾਲਟੀ ਮਾੜੀ ਹੈਗੀ। ਹਾਂ, ਸਾਨੂੰ ਤਾਂ ਸੁਰਗਤ ਖਾਤਾ, ਜਗਨੇਟਰ ਅਸੀਂ ਪਾ ਕੇ ਨਹੀਂ ਦੇਖੇ ਜਿੱਦਣ ਦੀ ਪਾਲਟੀ ਆਈ ਹੈ। ਹਾਂ, ਪਰ ਦਿੱਲੀ 'ਚ ਅਸੀਂ ਮਾਨ ਸਾਹਿਬ ਦੀ ਸਪੋਰਟ ਪੂਰੀ ਕਰਾਂਗੇ, ਵੀ ਉੱਥੇ ਬੰਦਾ ਸਾਡਾ ਵਗ ਜੇ, ਇੱਥੇ ਕੰਮ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਲੱਗਦੇ ਇੱਥੇ। ਹਾਂ, ਵਧੀਆ ਲੱਗਦੇ ਨੇ ਜੀ, ਇਹ ਨਹੀਂ ਕਹਿੰਦੇ ਵੀ ਮਾੜੇ ਨੇ, ਉਹ ਵਧੀਆ ਲੱਗਦੇ ਨੇ, ਉਹਨਾਂ ਨੇ ਵੀ ਜਾਂ ਵਧੀਆ ਕਰੇ ਨੇ ਕੰਮ। ਗੁਰਮੀਤ ਸਿੰਘ ਮੀਤਹਿਰ ਆਉਣਗੇ ਵੀ ਸਾਡੇ ਕੰਮ ਬਹੁਤ ਵਧੀਆ ਨੇ, ਉਹ ਤੁਹਾਨੂੰ ਪੁੱਛਣਗੇ ਵੀ ਮੋਟਰਾਂ 'ਤੇ ਲਾਈਟ ਆਉਂਦੀ ਹੈ ਜੀ, ਤੁਸੀਂ ਕਹੋਗੇ ਹਾਂ ਆਉਂਦੀ ਆ, ਵੀ ਬਿਜਲੀ ਬਿੱਲ ਮੁਆਫ ਕੀਤੇ ਤੁਸੀਂ ਕਹੋਗੇ ਹਾਂ ਕੀਤੇ, ਫਿਰ ਤੁਹਾਡਾ ਮਨ ਕਿਉਂ ਨਹੀਂ, ਮਨ ਮਤਲਬ ਇਹ ਨਹੀਂ ਹੋਊਗਾ ਵੀ ਸ਼ੋ ਜੁੱਟ ਵੀ ਮਾਫ ਹੈ, ਹਜੇ ਤਾਂ ਜਿਹੜਾ ਕੰਮ ਚੰਗਾ ਉਹ ਤਾਂ ਚੰਗਾ ਹੀ ਕਹਿ ਜਾਊ, ਉਹਨੂੰ ਮਾੜਾ ਵੀ ਨਹੀਂ ਕਹਿ ਸਕਦੇ ਆਪਾਂ। ਹੁਣ ਆ ਰਹੇ ਸਾਡੇ ਆਹ ਗੰਦ ਤੀ ਬੱਕਰੇ ਰਿਜਦੇ ਤੇ ਗੁਰੂ ਘਰ ਦੇ ਮੂਹਰੇ ਬਾਗੜੀ ਬਹਿੰਦੇ ਤੇ, ਇਹ ਚੀਜ਼ਾਂ ਜਿਹੜੀਆਂ ਬਣੀਆਂ ਵਧੀਆ ਬਣੀਆਂ ਨੇਗੀਆਂ, ਚੰਗੀ ਚੀਜ਼ ਨੂੰ ਚੰਗਾ ਕਹਿ, ਸਰਪੰਚ ਨੂੰ ਵੀ ਅਸੀਂ ਚੰਗਾ ਹੀ ਮੰਨਦੇ ਹਾਂ, ਪਰ ਵੋਟ ਸਪੋਰਟ ਹੁਣ ਮਾਨ ਦੀ ਕਰਾਂਗੇ ਪੂਰੀ। ਹਾਂ, ਉੱਥੇ ਇਹਨੂੰ ਭੇਜਣਾ ਸਰਦਾਰ ਨੂੰ। ਇਹ ਪਾਰਕ ਫਿਰ ਕਿਹਨੇ ਕੱਢੂ, ਲੜਕ ਮੋਦੀਆਂ ਰਹਿੰਦੇ ਉੱਥੇ, ਇਹ ਗੰਦ ਕਿਹਨੇ ਚੱਕਿਆ ਜੀ, ਇਹ ਪਾਰਕ ਕਿਹਨੇ ਬਣਾਇਆ? ਇਹ ਤਾਂ ਜੀ ਪੈਸੇ, ਚਲੋ ਸੈਂਟਰ ਵੱਲੋਂ ਹੀ ਆਏ ਹੋਣਗੇ, ਇੰਨਾ ਮੈਂ ਅਨਪੜ੍ਹ ਆ ਗਿਆ, ਦੇਸੀ ਜੱਟਾਂ ਦਾ, ਪੀਂਦੇ ਵੀ ਦੇਸੀਆਂ ਹੈ ਵੀ ਦੇਸੀਆਂ ਹੈ। ਹਾਂ, ਵੋਟ ਸੋਚ ਸਮਝ ਕੇ ਪਾਵੋਗੇ? ਵੋਟ ਪੂਰੀ ਸੋਚ ਸਮਝ ਕੇ ਮਾਨ ਸਾਹਿਬ ਨੂੰ ਪਾਵਾਂਗੇ ਨਾ, ਪੂਰੀ ਖੜ ਕੇ ਨਾ, ਹਾਂ ਤੜ ਨਾਲ ਇਹਨੂੰ ਸਰਦਾਰ ਨੂੰ ਭੇਜਾਂਗੇ, ਇਹੀ ਕਰੂ ਸਿੱਧੇ ਉੱਥੇ ਉਹਨਾਂ ਨੂੰ।
ਕੰਜਰਾਂ ਨੂੰ ਮੋਦੀ ਹਰੀਆਂ ਨੂੰ। ਹਾਂ ਸਿੱਧੀ ਗੱਲ, ਇੱਕ ਸਟੇਟਮੈਂਟ ਹੋਰ ਸਾਹਮਣੇ ਆ ਰਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਉਦੋਂ ਅੰਦੋਲਨ ਚੱਲਿਆ ਜੀ 13 ਮਹੀਨੇ, ਉੱਥੇ ਪਹੁੰਚੇ ਨਹੀਂ ਹੈਗੇ, ਉੱਥੇ ਗਏ ਨਹੀਂ, ਸਵਾਲ ਵੀ ਪੁੱਛ ਰਹੇ ਨੇ, ਉੱਥੇ ਗਏ ਸੀ ਤੁਹਾਨੂੰ ਮਿਲੇ ਸੀ ਮਾਨ ਸਾਹਿਬ? ਨਾ ਜੀ ਸਾਨੂੰ ਨਹੀਂ। ਹਾਂ ਐਮ ਆਫ ਸਾਨੂੰ ਨਹੀਂ ਮਿਲੇ ਹੈਗੇ, ਨਾ ਨਾ ਸਾਨੂੰ ਨਹੀਂ ਮਿਲੇ। ਤੁਹਾਨੂੰ ਲੱਗਦਾ ਜਿਹੜੇ ਤੁਸੀਂ ਕਹਿੰਦੇ ਅਕਾਲੀ ਬੀਜ ਆ ਤੇਰੇ ਬਾਦਲ ਬੂਦਲ ਦਾ ਪਰਿਵਾਰ, ਜਮੇ ਨਹੀਂ ਕੋਈ ਬੱਚਾ, ਕਿਉਂ ਇਹਨਾਂ ਦਾ ਤਾਂ ਸਾਰਾ ਕੁਝ ਵੇਚਿਆ ਹੋਇਆ ਸੀ। ਜੇ ਮੈਂ ਹੁਣ ਆਹ ਸਮਾਨ ਉਦੋਂ ਸੈਮ ਲਾਟ ਵੇਚ ਜਾਂ ਫਿਰ ਮੈਂ ਬੰਦਿਆਂ ਜਾ ਕੇ ਕੀ ਗੱਲ ਕਰੂੰ, ਫਿਰ ਨਹੀਂ ਕਰ ਸਕਦਾ। ਕੀ ਵੇਚਤਾ ਜੀ, ਕੀ ਲੱਗਦਾ ਤੁਹਾਨੂੰ ਵੀ ਕੀ ਨੁਕਸਾਨ ਖਾਸਾ ਕਰਤਾ? ਹੋਰ ਖਾਸੀ ਕਰਿਆ ਮੈਂ ਹੁਣ ਕੀ ਜਵਾਬ ਸਮਝ ਨਹੀਂ ਬੋਲੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਪਰ ਸੁਖਬੀਰ ਸਿੰਘ ਬਾਦਲ ਤਾਂ ਇਹ ਕਹਿੰਦੇ ਤੇ ਹਰਸਿਮਰਤ ਬਾਦਲ ਕਿ ਅਸੀਂ ਤਾਂ ਕਿਸਾਨਾਂ ਲਈ ਅਸਤੀਫੇ ਦਿੱਤੇ ਜੀ, ਆਪਣੇ ਸਾਰਾ ਦਾਤ ਹੀ ਲਾਤਾ ਤੀ ਦੇਤੇ। ਹਾਂ ਮੋਦੀ ਦੇ ਲਵੀ ਬੈਠੀ ਦੇ ਹੋ 5 ਸਾਲ, ਕੋਈ ਉਹਨੇ ਫਾਇਦਾ ਤਾਂ ਸਾਡਾ ਕਰਿਆ ਨਹੀਂ, ਕੋਈ ਫਾਇਦਾ ਨਹੀਂ ਕਰਿਆ। ਪਾਰਟੀ ਵੀ ਛੱਡਤੀ ਅਸੀਂ ਤਾਂ ਇੱਥੋਂ ਤੱਕ ਜੀ, ਅਲਾਈਅੰਸ ਤੋੜ ਲਿਆ ਆਪਣਾ। ਪਾਰਟੀ ਤਾਂ ਉੱਤੋਂ ਛੱਡਤੀ, 20 ਸਾਲ ਦੀ ਵੋਟ ਉੱਥੇ ਜਾ ਰਹੀ ਸੀ ਬੀਜੇਪੀ ਨੂੰ, ਮੋਦੀ ਦੇ ਸਿਰਹਾਣੇ ਰਹੀ ਆ ਉਹ। ਹਾਂ ਕੀ ਕਰਿਆ, ਕੁਛ ਨਹੀਂ ਕਰਿਆ, ਕੱਖ ਵੀ ਨਹੀਂ ਕਰਿਆ। ਹਾਂ ਸਿੱਧਾ ਕਹਿਣਾ ਗਿਆ ਸੀ ਤਾਂ ਜੀ ਬਿਲਕੁਲ। ਸੋ ਲੋਕਾਂ ਦੀ ਆਵਾਜ਼ ਆ, ਵੋਟਰਾਂ ਦੀ ਆਵਾਜ਼ ਆ ਕਿ ਕੰਮ ਆਮ ਆਦਮੀ ਪਾਰਟੀ ਬਹੁਤ ਵਧੀਆ ਕਰ ਰਹੀ ਆ, ਪਰ ਦਿੱਲੀ 'ਚ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਭੇਜਾਂਗੇ, ਇੱਥੋਂ ਤੱਕ ਕਹਿ ਰਹੇ ਨੇ, ਇੱਥੋਂ ਤੱਕ ਆਵਾਜ਼ ਆ ਰਹੀ ਆ। ਕਿਉਂਕਿ ਪਹਿਲਾਂ ਲੱਗਦਾ ਸੀ ਗੱਲਬਾਤ ਕਿ ਟੱਕਰ ਆਮ ਆਦਮੀ ਪਾਰਟੀ 'ਚ ਹੋਵੇਗੀ, ਕਾਂਗਰਸ 'ਚ ਹੋਵੇਗੀ, ਪਰ ਸਿਮਰਨਜੀਤ ਸਿੰਘ ਮਾਨ ਦੀ ਆਵਾਜ਼ ਵੀ ਇੱਕ ਵੱਖਰੇ ਤਰੀਕੇ ਨਾਲ ਬੋਲ ਰਹੀ ਆ। ਸੁਖਿੰਦਰ ਜੀ, ਉਹੀ ਸਵਾਲ ਜਿਹੜਾ ਇਹਨਾਂ ਨੂੰ ਕੀਤਾ ਸੀ, ਇੱਕ ਸਵਾਲ ਆ, ਇੱਕ ਪੁਆਇੰਟ ਆ ਕਿ ਸਿਮਰਨਜੀਤ ਸਿੰਘ ਮਾਨ ਉਦੋਂ 13 ਮਹੀਨੇ ਦੇ ਉਹ 'ਚ ਸਿਸਟਮ 'ਚ ਕਿਸਾਨੀ ਅੰਦੋਲਨ 'ਚ ਪਹੁੰਚੇ ਨਹੀਂ, ਇੱਕ ਗੱਲ ਜੀ ਆ ਰਹੀ ਸੀ ਸਾਹਮਣੇ, ਉਹ ਕੀ ਆ, ਉਦੋਂ ਸਟੇਟਮੈਂਟ ਦਿੱਤੀ, ਬੋਲੇ ਜਾਂ ਕੀ ਗੱਲਬਾਤ ਸੀ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਚੁੱਕਿਆ ਜੀ। ਇਹ ਗੱਲ ਨਹੀਂ ਹੈਗੀ ਵੀ ਉੱਥੇ ਗਏ ਨਹੀਂ ਜਾਂ ਗਏ ਨਹੀਂ, ਇਹ ਗੱਲ ਤਾਂ ਐਵੇਂ ਬਣਾਈ ਹੋਈ ਹੈ। ਜਿਹੜੀ ਗੱਲ ਪਾਰਲੀਮੈਂਟ ਦੇ ਵਿੱਚ ਕਰਨੀ ਚਾਹੀਦੀ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਡਿਊਟੀ ਬਣਦੀ ਸੀ ਉਹਨਾਂ ਨੇ ਉਹ ਕਰੀ ਹੈ। ਹਾਂਜੀ ਹਾਂ, ਇਹ ਗੱਲ ਨਹੀਂ ਹੈਗੀ ਵੀ ਕਰੀ ਨਹੀਂ ਗੀ, ਅਤੇ ਉਹ ਤਾਂ ਤੁਸੀਂ ਔਨ ਰਿਕਾਰਡ ਆ ਸਾਰਾ ਕੁਝ ਜੀ, ਕੋਈ ਮੈਂ ਲਵੋਂ ਲਾ ਕੇ ਵੀ ਨਹੀਂ ਕਰਿਆ, ਸਾਰਾ ਕੁਝ ਤੁਸੀਂ ਸਟੇਟਮੈਂਟਾਂ ਕੱਢ ਕੇ ਦੇਖ ਸਕਦੇ ਹੋ, ਸਾਰਾ ਕੁਝ ਦੇਖ ਸਕਦੇ ਹੋ। ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵੱਡੀ ਪੱਧਰ 'ਤੇ ਜਿਹੜੇ ਸਾਡੇ ਨੌਜਵਾਨ ਮਾਰੇ, ਜਿਹੜੇ ਸਾਡੇ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਮੁੰਡੇ ਮਾਰੇ, ਉਹਨਾਂ ਦੀ ਆਵਾਜ਼ ਬੁਲੰਦ ਕਰੀ ਹੈ, ਸਾਡੇ ਕਿਸਾਨਾਂ ਦੀ ਆਵਾਜ਼ ਚੁੱਕੀ ਹੈ, ਸਾਡੇ MSP ਦੀ ਆਵਾਜ਼ ਚੁੱਕੀ ਹੈ, ਸਾਡਾ ਪੰਜਾਬ ਦਾ ਹਰ ਇੱਕ ਮੁੱਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚੁੱਕਿਆ ਹੈਗਾ ਪਾਰਲੀਮੈਂਟ ਦੇ ਵਿੱਚ। ਠੀਕ ਹੈ, ਵੱਡੇ ਨੇਤਾ ਨੇ, ਸੁਖਪਾਲ ਸਿੰਘ ਖਹਿਰਾ ਉਹ ਵੀ ਇੱਥੇ ਪਹੁੰਚੇ ਨੇ, ਕਾਂਗਰਸ ਤੋਂ ਲੜ ਰਹੇ ਨੇ, ਗੁਰਮੀਤ ਸਿੰਘ ਮੀਤਹੇਅਰ ਨੇ, ਫਿਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹ ਉਹਨਾਂ ਨੂੰ ਕਿੰਨੀ ਕੁ ਵੋਟ ਪੈਣੀ ਹੈ, ਕਿਹੜੇ ਨੰਬਰ 'ਤੇ ਰਹਿਣਾ, ਕੀ ਲੱਗਦੀ ਹੈ ਜੱਜਮੈਂਟ ਤੁਹਾਡੀ? ਦੇਖੋ ਜੀ, ਸੁਖਪਾਲ ਸਿੰਘ ਖਹਿਰਾ ਦੇ ਇੱਕ ਗੇਮ ਦੇ ਤਹਿਤ ਆਏ ਹੋਏ ਨੇ ਇੱਥੇ। ਮੀਤਹੇਅਰ ਇਹਨਾਂ ਨੇ ਚਲੋ ਆਮ ਆਦਮੀ ਨੇ ਆਪਦਾ ਕੈਂਡੀਡੇਟ ਦੇਣੇ ਸੀਗਾ, ਇੱਥੇ ਹਲਕੇ ਦਾ ਮੰਤਰੀ ਆ ਬਰਨਾਲੇ ਦਾ, ਬਰਨਾਲੇ ਤੋਂ ਜਿੱਤੇ ਹੋਏ ਤੇ ਮੰਤਰੀ ਆ ਜੀ, ਉਹਨਾਂ ਨੇ ਚਲੋ ਆਪਦਾ ਕੈਂਡੀਡੇਟ ਦਿੱਤਾ। ਸੁਖਪਾਲ ਸਿੰਘ ਖਹਿਰਾ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਵਾਸਤੇ ਆਏ, ਇਹ ਸਾਰੇ ਹੀ ਏਜੰਸੀਆਂ ਦੇ ਬੰਦੇ ਨੇ, ਪੂਰਾ ਜ਼ੋਰ ਲੱਗਿਆ ਹੋਇਆ। ਸਾਡੇ ਲੋਕ ਤਾਂ ਕਹਿੰਦੇ ਨੇ ਵੀ ਇਕੱਲਾ ਸਿਮਰਜੀਤ ਸਿੰਘ ਮਾਨ ਕੀ ਕਰੂ, ਦਿੱਲੀ ਕਹਿੰਦੀ ਹੈ ਵੀ ਉਰੇ ਇਕੱਲਾ ਸਿਮਰਜੀਤ ਸਿੰਘ ਮਾਨ ਨਾ ਆਵੇ ਹੋਰ ਚਾਹੇ ਸਾਰੇ ਆ ਜਾਣ, ਦਿੱਲੀ ਕਹਿੰਦੀ ਉਰੇ ਇਕੱਲਾ ਸਿਮਰਜੀਤ ਸਿੰਘ ਮਾਨ ਨਾ ਆਵੇ ਹੋਰ ਚਾਹੇ ਸਾਰੇ ਆ ਜਾਣ, ਲੋਕ ਕਹਿੰਦੇ ਵੀ ਸਾਨੂੰ ਪੁੱਛਦੇ ਵੀ ਜਿਹੜਾ ਕਾਂਗਰਸੀ ਜਾਂ ਦੂਜੇ ਨੇ ਆਮ ਆਦਮੀ ਵਾਲੇ ਅਕਾਲੀ ਦਲ ਵਾਲੇ, ਇਹ ਕਹਿੰਦੇ ਵੀ ਇਕੱਲਾ ਜਿੱਤ ਕੇ ਮਾਨ ਕੀ ਕਰੂਗਾ। ਤੁਸੀਂ ਫਰਕ ਦੇਖੋ, ਦਿੱਲੀ ਦਾ ਸਾਰਾ ਜ਼ੋਰ ਲੱਗਿਆ ਪਿਆ, ਜਿਹੜੇ ਖਹਿਰੇ ਖੂਰੇ ਵਰਗੇ ਨੇ, ਮੀਤਹੇਅਰ ਵਰਗੇ ਨੇ, ਝੁੰਦੇ ਝਾਂਦੇ ਨੇ, ਜਿਹੜੇ ਖੰਨੇ ਖੋਨੇ ਵਰਗੇ ਨੇ, ਇਹਦਾ ਮਾਨ ਦੀਆਂ ਵੋਟਾਂ ਖਰਾਬ ਕਰਨ ਵਾਸਤੇ, ਮਾਨ ਨੂੰ ਹਰਾਉਣ ਵਾਸਤੇ ਇੱਥੇ ਆਏ ਹੋਏ ਨੇ, ਨਾ ਕਿ ਪਾਰਟੀ ਦੀ ਕੋਈ ਗੱਲ ਕਰਨ ਵਾਸਤੇ। ਬਾਪੂ ਜੀ ਦੀ ਸਟੇਟਮੈਂਟ ਸੁਣੀ ਸੀ, ਉਹ ਕਹਿੰਦੇ ਵੀ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਹੈ, ਲਾਈਟ ਦੇ ਰਹੀ ਹੈ ਕਿਸਾਨਾਂ ਨੂੰ, ਬਹੁਤ ਵਧੀਆ ਵੀ, ਪਰ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਕਿ ਦਿੱਲੀ ਉਹ ਭੇਜਣੇ ਨੇ ਚਾਹੇ ਇੱਥੇ ਕਾਰਗੁਜ਼ਾਰੀ ਠੀਕ ਲੱਗਦੀ ਹੈ, ਮਤਲਬ ਐਵੇਂ ਦੀ ਸੋਚ ਬਣੀ ਪਈ ਆ ਬਹੁਤ ਜ਼ਿਆਦਾ ਵੋਟਰ ਨੇ ਜਿਹੜੇ? ਨਹੀਂ ਨਹੀਂ ਨਹੀਂ, ਐਵੇਂ ਦੀ ਸੋਚ ਨਹੀਂ ਜੀ, ਇਹ ਚਲੋ ਇਹ ਵੀ ਇਹਨਾਂ ਦੇ ਵਿਚਾਰ ਆਪਣੇ ਆਪਣੇ ਵਿਚਾਰ ਨੇ ਹਰ ਇੱਕ। ਮੇਰਾ ਕਹਿਣ ਦਾ ਮਤਲਬ ਸੋਚ, ਮਤਲਬ ਵੀ ਸਿਮਰਨਜੀਤ ਸਿੰਘ ਮਾਨ ਦੇ ਫੈਨ ਨੇ ਉਹ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਚਾਹੁੰਦੇ ਨੇ, ਦਿੱਲੀ ਭੇਜਣਾ ਚਾਹੁੰਦੇ, ਜਿਵੇਂ ਤੁਸੀਂ ਕਿਹਾ ਕਿ ਉਹ ਕਹਿੰਦੇ ਨੇ ਕਿ ਮਾਨ ਸਾਹਿਬ ਇੱਥੇ ਦਿੱਲੀ ਨਾ ਪਹੁੰਚਣ। ਹਾਂ ਉਹ ਤਾਂ ਇਹਨਾਂ ਨੇ, ਇਹਨਾਂ ਨੂੰ ਇਹ ਗੱਲ ਦਾ ਪਤਾ ਹੈ
ਵੀ ਜੇ ਸੈਂਟਰ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ ਤਾਂ ਸਿਮਰਜੀਤ ਸਿੰਘ ਮਾਨ ਨਹੀਂ ਕਰ ਸਕਦੇ, ਹੋਰ ਕੋਈ ਪੰਜਾਬ ਦੇ ਵਿੱਚ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਸਾਰੇ ਗਏ ਹੋਏ ਨੇ ਜੀ। ਭਗਵੰਤ ਮਾਨ ਤਾਂ ਗੈਲ ਬਹਿ ਕੇ ਦਾਰੂ ਪੀ ਕੇ ਮੁੜਿਆ ਹੁੰਦੀ ਆ, ਉਹਨੂੰ ਤਾਂ ਕੋਈ ਸੀਟ 'ਤੇ ਵੀ ਨਹੀਂ ਬੈਠਣ ਦਿੰਦਾ ਸੀਗਾ। ਹੋਰ ਜਿਹੜੇ ਐਮ ਪੀ ਗਏ ਤੇ ਚਾਰ ਐਮ ਪੀ ਜੀ ਤੇ ਆਮ ਆਦਮੀ ਪਾਰਟੀ ਦੇ, ਮੈਂ ਕਿੱਥੇ ਗਏ ਉਹ? ਇੱਕ ਦੀ ਕੋਈ ਕਾਰਗੁਜ਼ਾਰੀ ਹੈ ਕਿਸੇ ਦੀ? ਇਹਨਾਂ ਦਾ 1999 ਤੋਂ ਲੈ ਕੇ ਤੁਸੀਂ ਅੱਜ ਤੱਕ ਆਉਣ ਰਿਕਾਰਡ ਆ ਸਾਰਾ ਕੁਛ, ਜਿਹੜਾ ਕੁਛ ਮਰਜ਼ੀ ਕਰਜੋ। ਜਿਹੜੀ ਗੱਲ ਪਾਰਲੀਮੈਂਟ ਦੇ ਵਿੱਚ ਸਿਮਰਜੀਤ ਸਿੰਘ ਮਾਨ ਕਰ ਸਕਦਾ, ਉਹੀ ਉਹ ਕੋਈ ਹੋਰ ਨਹੀਂ ਕਰ ਸਕਦਾ। ਪਾਰਲੀਮੈਂਟ ਦੇ ਵਿੱਚ ਮੋਦੀ ਅਤੇ ਅਮਿਤ ਸ਼ਾਹ ਨੂੰ ਕਹਿ ਦੇਣਾ ਵੀ ਤੁਸੀਂ ਸਾਡੇ ਸਿੱਖ ਮਾਰੇ ਨੇ, ਸਾਡੇ ਮੁੰਡੇ ਤੁਸੀਂ ਮਾਰੇ ਨੇ, ਇੱਥੇ ਕੋਈ ਬੰਦਾ ਬੰਦੇ ਨੂੰ ਆਪਾਂ ਕਹਿ ਦਈਏ ਕਿਸੇ ਨੂੰ ਵੀ ਤੂੰ ਫਲਾਣੀ ਬੀਬੀ ਦਾ ਸ਼ੋਸ਼ਣ ਕਰਦਾ, ਉਹ ਬੰਦਾ ਨਾਲ ਦੀ ਨਾਲ ਸਾਡੇ 'ਤੇ ਮਾਨਹਾਨੀ ਦਾ ਕੇਸ ਕਰ ਦੂਗਾ, ਸਾਡੇ 'ਤੇ ਮੈਂ ਇਕੱਠ ਕਰ ਲੂੰ ਪੰਚਾਇਤ ਕਰ ਲੂੰ ਵੀ ਦਿਆ ਤਲੇ ਕੀ ਸਬੂਤ ਹੈ। ਇੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਉੱਤੇ ਖੜ ਕੇ ਉੱਥੇ ਕਹਿ ਦੇਣਾ ਮੋਦੀ ਅਤੇ ਅਮਿਤ ਸ਼ਾਹ ਨੂੰ ਵੀ ਤੁਸੀਂ ਸਾਡੇ ਪੰਜਾਬ ਦੇ ਮੁੰਡੇ ਮਾਰੇ ਨੇ, ਤੁਸੀਂ ਜ਼ਿੰਮੇਵਾਰ ਹੋ ਇਹ ਗੱਲ ਦੇ। ਉਹਨਾਂ ਨੇ ਕੋਈ ਗੱਲ ਨਹੀਂ ਕਰੀ। ਜੇ ਉਹ ਦੋਸ਼ੀ ਜਿਹੜੀ ਗੱਲ ਸਿਮਰਜੀਤ ਸਿੰਘ ਮਾਨ ਇੱਥੇ ਸੱਥ 'ਚ ਕਹਿ ਦਿੰਦਾ, ਉਹੀ ਗੱਲ ਉਹ ਪਾਰਲੀਮੈਂਟ 'ਚ ਕਹਿ ਦਿੰਦਾ, ਉਹਨੂੰ ਕੋਈ ਫਰਕ ਨਹੀਂ। ਠੀਕ ਹੈ, ਤੁਸੀਂ ਸੀਐਮ ਭਗਵੰਤ ਮਾਨ ਦੀ ਗੱਲ ਕੀਤੀ ਆ, ਉਹ ਵੀ ਮੈਂਬਰ ਪਾਰਲੀਮੈਂਟ ਰਹੇ ਨੇ 8 ਸਾਲ ਜੀ, ਪਰ ਉਹਨਾਂ ਨੇ ਵੀ ਸ਼ੇਰੋ ਸ਼ਾਇਰੀ ਤਹਿਤ ਬਹੁਤ ਉਹ ਕਹਿੰਦੇ ਨੇ ਵੀ ਅਸੀਂ ਜਿੰਨਾ ਬੋਲਿਆ, ਅਸੀਂ ਜਿੰਨੇ ਮੁੱਦੇ ਚੱਕੇ ਨੇ, ਸ਼ੇਰੋ ਸ਼ਾਇਰੀ ਵੀ ਕਰੀ ਆ ਮੋਦੀ ਨੂੰ। ਸਿੱਧੀ ਨਰਿੰਦਰ ਮੋਦੀ ਨੂੰ ਕਹਿੰਦੇ ਸੀ ਕਿ 15 ਲੱਖ ਕਦੋਂ ਆਉਣਾ, ਕਦੋਂ ਆਇਆ ਜਾਂ ਨਹੀਂ ਆਇਆ, ਅਸੀਂ ਵੀ ਬਹੁਤ ਮੁੱਦੇ ਚੱਕੇ ਨੇ ਕਿ ਅਸੀਂ ਹੁਣ ਵੀ ਚੱਕਾਂਗੇ। ਉਹ ਇੱਥੋਂ ਤੱਕ ਤੁਸੀਂ ਇੱਕ ਵੀਡੀਓ ਦੇਖੀ ਭਗਵੰਤ ਮਾਨ ਦੀ, ਜਦੋਂ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣ ਕੇ ਗਿਆ, ਗੱਡੀ ਦੀ ਸੀਟ ਥੱਲੇ ਵੜ ਗਿਆ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ, ਦੇਖਿਆ ਤੁਸੀਂ? ਦੇਖਿਆ ਸਾਰਾ ਕੁਝ? ਉਹਨਾਂ ਦਾ ਕੀ ਹੈ ਜੀ ਫਾਲਤੂ ਬੋਲ? ਜੇ ਉੱਥੇ ਜਾ ਕੇ ਰੌਲਾ ਪਾਉਣ ਦੀ ਗੱਲ ਨਹੀਂ ਗੀ, ਉੱਥੇ ਜਾ ਕੇ ਮੁੱਦਿਆਂ ਦੀ ਗੱਲ ਕਰਨੀ ਹੈ। ਉਹਨਾਂ ਨੇ ਉੱਥੇ ਰੌਲਾ ਪਾਇਆ, ਉਹਦੀ ਕਿਹੜੇ ਕਿਹਨੇ ਗੱਲ ਸੁਣੀ? ਅਸੀਂ ਹਰ ਫਿਰ ਸੁਣ ਕੇ ਬਹਿ ਗਏ, ਹਾਂ ਹੀ ਕਰਕੇ ਬਹਿ ਗਏ। ਪਰ ਸਿਮਰਜੀਤ ਸਿੰਘ ਮਾਨ ਦੀ ਗੱਲ ਦਾ ਕੋਈ ਜਦੋਂ ਕੋਈ ਜਵਾਬ ਦਿੰਦਾ, ਜਦੋਂ ਸਿਮਰਜੀਤ ਸਿੰਘ ਮਾਨ ਬੋਲਦਾ ਨਾ ਤਾਂ 543 MP ਚੁੱਪ ਬੈਠੇ ਹੁੰਦੇ ਨੇ, ਉਹਨਾਂ ਦੀ ਗੱਲ ਦਾ ਕਿਉਂ ਜਵਾਬ ਨਹੀਂ ਆਉਂਦਾ? ਉਹ ਹੁੰਦੇ ਨੇ ਮੁੱਦੇ ਗੱਲ, ਸ਼ਿਆਰ ਸ਼ੇਰੀ ਕਰਨੀ, ਗੀਤ ਗਾਉਣੇ, ਇਹ ਕੋਈ ਮੁੱਦੇ ਨਹੀਂ ਹੈਗੇ, ਕਿਉਂਕਿ ਜਿਹੜੇ ਭੰਡ ਹੁੰਦੇ ਨੇ ਉਹ ਉਹਨਾਂ ਨੇ ਤਾਂ ਆਪਦੇ ਅੰਦਾਜ਼ 'ਚ ਹੀ ਗੱਲ ਕਰਨੀ ਹੁੰਦੀ ਹੈ। ਇਸ ਕਰਕੇ ਸਿਮਰਜੀਤ ਸਿੰਘ ਮਾਨ ਦਾ ਬਦਲ ਕੋਈ ਨਹੀਂ ਹੈਗਾ ਜਿੱਥੇ। ਠੀਕ ਹੈ, ਫਿਰ ਲੱਗਦਾ ਵੀ ਰਿਪੀਟ ਕਰਨਗੇ ਸਿਮਰਜੀਤ ਸਿੰਘ ਮਾਨ? ਬਿਲਕੁਲ ਕਰਨਗੇ, 100% ਕਰਨਗੇ। ਫਰਕ ਕਿੰਨਾ ਕੁ ਰਹਿਣ ਵਾਲਾ? ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਸ ਤੋਂ ਬਾਅਦ ਜਿਮਨੀ ਚੋਣ ਹੋਈ ਜੀ, 6000 ਤਕਰੀਬਨ 58 ਵੋਟਾਂ 'ਤੇ ਸਿਮਰਨਜੀਤ ਸਿੰਘ ਮਾਨ ਜਿੱਤੇ, ਇਸ ਵਾਰ ਕੀ ਲੱਗਦਾ ਵੀ ਜਿਵੇਂ ਦੀ ਟੱਕਰ ਆ ਵੱਡਾ ਫਰਕ ਰਹਿਣ ਵਾਲਾ ਜਾਂ ਬਹੁਤ ਘੱਟ ਵੋਟਾਂ ਨਾਲ ਇੱਧਰ ਉੱਧਰ ਹੋਣੀਆਂ ਜਿੱਤ ਹਾਰ? ਜੋ ਚਿਣਗ ਭਾਈ ਦੀਪ ਸਿੱਧੂ ਲਾ ਕੇ ਗਿਆ ਜੀ ਨੌਜਵਾਨੀ ਨੂੰ, ਅਮਰਗੜ੍ਹ ਦੀ ਚੋਣ ਹੋਈ, MLA ਦੀ ਚੋਣ ਦੇ ਵਿੱਚ, ਹੁਣ ਸਾਡੀ ਇੱਕ ਗੱਲ ਸਮਝ ਚੁੱਕੇ ਨੇ ਨੌਜਵਾਨ ਪੰਜਾਬ, ਹੁਣ ਇੱਕ ਗੱਲ ਸਮਝ ਚੁੱਕੇ ਆ, ਹੁਣ ਉਹ ਲੋਕ ਨਹੀਂ ਰਹੇ ਜਿਹੜੇ ਪਹਿਲਾਂ ਦੇ, ਜਿਹੜੇ ਨਾਰੇ ਤਾਂ ਮਾਰਨ ਵਾਲੇ ਦੇ ਗੱਲੋਂ, ਪਰ ਜਦੋਂ ਕੋਈ ਸਾਡਾ ਨੌਜਵਾਨ ਸ਼ਹੀਦ ਹੋ ਜਾਂਦਾ, ਸਾਡੇ ਦੇਸ਼ ਪਿੱਛੇ ਕੋਈ ਕੁਰਬਾਨੀ ਕਰ ਜਾਂਦਾ, ਸਾਡੇ ਪੰਜਾਬ ਦੇ ਪੰਜਾਬ ਪਿੱਛੇ ਕੋਈ ਬੰਦਾ ਸ਼ਹੀਦ ਹੋ ਜਾਂਦਾ, ਉਹਦੇ ਬਾਅਦ ਦੇ ਵਿੱਚ ਉਹਦੇ ਜਕਾਰੇ ਲਾਉਣ 'ਤੇ, ਜਿਵੇਂ ਦੀਪ ਸਿੱਧੂ ਨਾਲ ਹੋਇਆ, ਇਹ ਗੱਲ ਬਦਲੀ ਕਿੱਥੋਂ? ਦੀਪ ਸਿੱਧੂ ਤੋਂ, ਅਮਰਗੜ੍ਹ ਤੋਂ ਮਾਨ ਸਾਹਿਬ ਨੂੰ 45,000 ਵੋਟ ਪਈ, ਦੀਪ ਸਿੱਧੂ ਦਾ ਜ਼ਿਆਦਾ ਭੋਗ ਪਿਆ ਉਹ ਤੋਂ ਬਾਅਦ ਦੇ ਵਿੱਚ, ਕਿਉਂਕਿ ਦੀਪ ਸਿੱਧੂ ਚੱਲਦੀ ਚੋਣ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਉਦੋਂ ਬਾਅਦ ਭੋਗ ਪਿਆ, ਭੋਗ 'ਤੇ 7 ਲੱਖ ਲੋਕ ਮਤਲਬ ਉੱਥੇ ਇਕੱਠੇ ਹੋ ਗਏ ਜੀ, ਅਤੇ ਲੋਕਾਂ ਨੇ ਸੋਚਿਆ ਵੀ ਉਦੋਂ ਉੱਥੇ ਕਿਹਾ ਲੋਕਾਂ ਨੇ, ਵਿਦਵਾਨਾਂ ਨੇ ਵਿੱਚ ਬੰਦੇ ਵੀ ਹੁਣ 7 ਲੱਖ ਮਤਲਬ ਕਿੱਥੋਂ ਆ ਗਿਆ, ਉਦੋਂ ਅਮਰਗੜ੍ਹ ਤੋਂ ਮਾਨ ਸਾਹਿਬ ਨੂੰ ਕਿਉਂ ਹਰਾਇਆ? ਹੁਣ ਲੋਕ ਉਹ ਗੱਲ ਸਮਝ ਚੁੱਕੇ ਨੇ ਵੀ ਹੁਣ ਜਿਹੜਾ ਇਹੋ ਕਿਉਂਕਿ ਦੁਬਾਰੇ ਫਿਰ ਰਿਪੀਟ ਮਾਨ ਸਾਹਿਬ ਨੂੰ ਇਸ ਕਰਕੇ ਦੁਬਾਰੇ MP ਸੰਗਰੂਰ ਤੋਂ ਜਿੱਤੇ ਆਇਆ ਉਹ ਲੋਕਾਂ ਨੇ, ਮੁੰਡਿਆਂ ਨੇ, ਨੌਜਵਾਨਾਂ ਨੇ ਅਤੇ ਪੰਜਾਬ ਦੇ ਲੋਕਾਂ ਨੇ, ਹੁਣ ਵੀ ਉਦੋਂ ਵੱਧ ਹੋਣੀ ਇਹ ਗੱਲ ਜੀ। ਬਿਲਕੁਲ, ਸੋ ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੁਬਾਰਾ ਤੋਂ ਰਿਪੀਟ ਕਰ ਸਕਦੇ ਨੇ। ਇੱਥੋਂ ਤੱਕ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੇ ਵੋਟਰ ਨੇ, ਪਿੰਡਾਂ ਦੇ ਵਾਸੀ ਨੇ ਕਹਿ ਰਹੇ ਨੇ। ਸੋ
ਲਗਾਤਾਰ ਦੇਖਿਆ ਜਾ ਰਿਹਾ ਕਿ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਜਿਵੇਂ ਦੀ ਕੰਪੇਨ ਚੱਲ ਰਹੀ ਆ, ਹਰ ਉਮੀਦਵਾਰ ਪਿੰਡਾਂ 'ਚ ਜਾ ਰਹੇ ਨੇ, ਗੱਲਬਾਤ ਕਰ ਰਹੇ ਨੇ। ਬਾਈ ਜੂਰੀ ਮੌਜੂਦ ਨੇ, ਬਾਈ ਜੀ ਕੀ ਨਾਮ ਆਪਣਾ? ਹਰਵਿੰਦਰ ਸਿੰਘ ਜੀ। ਅੱਛਾ ਹਰਵਿੰਦਰ ਜੀ, ਕਿਵੇਂ ਲੱਗਦਾ ਮਾਹੌਲ, ਕਿਵੇਂ ਲੱਗਦਾ ਵੋਟਾਂ ਦਾ ਮਾਹੌਲ ਆ? ਗਰਮੀ ਵੀ ਬਹੁਤ ਆ, ਉਮੀਦਵਾਰ ਵੀ ਪਹੁੰਚ ਰਹੇ ਨੇ, ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਮਾਹੌਲ ਆ ਵੋਟਾਂ ਦਾ ਜੀ। ਸਿਮਰਜੀਤ ਮਾਂ ਦੇ ਹੱਕ 'ਚ ਬਲਿਆਲ ਪਿੰਡ ਤੋਂ ਵੱਧ ਵੋਟਾਂ ਪੈਣਗੀਆਂ ਜੀ। ਠੀਕ ਹੈ, ਹਾਂਜੀ ਠੀਕ ਹੈ। ਕਿੰਨੀਆਂ ਵੋਟਾਂ ਨੇ ਆਪਣੇ ਪਿੰਡ ਦੀਆਂ? ਆਪਣੇ ਪਿੰਡ ਦੀ ਵੋਟ 3500 ਦੇ ਕਰੀਬ ਵੋਟ ਹੋਊਗੀ ਸਰ। ਠੀਕ ਹੈ, ਹਾਂਜੀ 3500 ਦੇ ਵਿੱਚ 2000 ਤੋਂ ਉੱਪਰ ਲੀਡ ਕਰਕੇ ਜਾਣਗੇ ਸਿਮਰਜੀਤ ਮਾਨ ਜੀ। ਠੀਕ ਹੈ, ਹਾਂਜੀ। ਅੱਛਾ, ਵੱਡੀ ਵੱਡੀ ਵਰਤ, ਪਹਿਲਾਂ ਜਿਮਨੀ ਚੋਣ 'ਚ ਵੀ ਬਹੁਤ ਵੋਟ ਪਈ ਆ? ਹਾਂਜੀ, ਸਾਡੇ ਪਿੰਡ ਜਿਮਨੀ ਚੋਣ ਬਹੁਤ ਵੱਧ ਵੋਟ ਪਈ ਹੈ ਜੀ। ਠੀਕ ਹੈ, 50% ਤੋਂ ਵੀ ਵੱਧ ਵੋਟ ਪਈ ਆ ਸਿਮਰਜੀਤ ਮਾਨ ਨੂੰ। ਹਾਂਜੀ ਹਾਂ, ਸਾਡੇ ਉਨੀ ਪਊ ਜਾਂ ਉਦੋਂ ਫਰਕ ਪਊ ਥੋੜ੍ਹਾ? ਉਦੋਂ ਵੀ ਫਰਕ ਪਊਗਾ, ਉਦੋਂ ਵੀ ਪਿੰਡ ਦੇ ਮੁੰਡੇ ਦਾ ਰੁਝਾਨ ਵੱਧ ਗਿਆ ਜੀ। ਆਮ ਆਦਮੀ ਪਾਰਟੀ ਦੇ ਕੁਝ ਮੁੰਡੇ ਤੇ ਜਿਹੜੇ ਪਿੰਡ ਚੋਂ 10% ਮੁੰਡੇ ਸਿਮਰਜੀਤ ਮਾਨ ਦੀ ਪਾਰਟੀ ਵੱਲ ਆਏ ਨੇ ਜੀ। ਹਾਂਜੀ, ਜਿਵੇਂ ਗੁਰਪ੍ਰੀਤ ਸਿੰਘ ਲਾਰਾ ਜੀ ਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਨੇ, ਉਹ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲ ਜੁੜੇ ਹੋਏ ਨੇ ਇਸ ਵਾਰ। ਨਹੀਂ, ਕੀ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ 'ਚ ਲੋਕਾਂ ਦਾ ਮੋਹ ਰਿਹਾ ਨਹੀਂ, ਤੇ ਜੇ ਨਹੀਂ ਰਿਹਾ ਤਾਂ ਕਿਉਂ ਨਹੀਂ ਰਿਹਾ? ਨਹੀਂ ਜੀ, ਆਮ ਆਦਮੀ ਪਾਰਟੀ ਲੋਕਾਂ ਦਾ ਮੋਹ ਤਾਂ ਨਹੀਂ ਰਿਹਾ, ਕੁਝ ਇਹਨਾਂ ਨੇ ਵਾਅਦੇ ਕਰੇ ਹੋਏ ਨੇ ਉਹ ਵੀ ਨਹੀਂ ਕਰੇ। ਜਿਵੇਂ ਅਨਮੋਲ ਗਗਨ ਮਾਨ ਨੇ ਆਖਿਆ ਸੀ ਵੀ ਅਸੀਂ ਸਾਰੀਆਂ ਫਸਲਾਂ 'ਤੇ MSP ਦੇਵਾਂਗੇ, ਉਹ ਵੀ ਦੇਖੋ ਤੁਸੀਂ MSP ਕਿੱਥੇ ਦਿੱਤੀ ਇਹਨਾਂ ਨੇ ਜੀ। ਇਸ ਕਰਕੇ ਬਹੁਤ ਲੋਕਾਂ ਦਾ ਰੁਝਾਨ ਇਹਦੇ ਨਹੀਂ ਟੁੱਟੇ। ਉਹ ਤਾਂ ਗਲਤੀ ਵੀ ਮੰਨ ਗਏ ਵੀ ਚਲੋ ਕੋਈ ਗੱਲ ਨਹੀਂ ਜੀ, ਉੱਥੋਂ ਗਲਤੀ ਜੀ ਹੋ ਗਈ ਸੀ ਵੀ ਉਦੋਂ ਪਤਾ ਨਹੀਂ ਸੀ ਵੀ ਸਰਕਾਰ 'ਚ ਜਦੋਂ ਆਉਂਦੇ ਆ ਵੀ ਕਿਵੇਂ ਦਿੱਤੀ ਜਾਂਦੀ ਆ। ਨਹੀਂ, ਇਹ ਵੀ ਆ ਨਾ, ਹੁਣ ਜਦ ਆਪਾਂ ਖਨੌਰੀ ਬਾਰਡਰ 'ਤੇ ਕਿਸਾਨ ਬੈਠੇ ਨੇ, ਜਿਹੜੀ ਪੰਜਾਬ ਸਰਕਾਰ ਬਾਰਡਰ ਤੋਂ ਪਹਿਲਾਂ JCB ਮਸ਼ੀਨਾਂ ਨੂੰ ਹੋਰ ਨੂੰ ਰੋਕ ਰਹੀ ਹੈ, ਉਹ ਵੀ ਤਾਂ ਪੰਜਾਬ ਸਰਕਾਰ ਦਾ ਵਿੱਚ ਹੱਥ ਹੈ ਉਹਦੇ, ਇਹਦੇ ਉਹਦੇ ਵੀ ਲੋਕ ਬਹੁਤ ਟੁੱਟੇ ਨੇ ਜੀ ਇਹਦੇ ਨਾਲ। ਇਫੈਕਟ ਪਊ ਜਾਂ ਨਹੀਂ? ਕਿ ਬਹੁਤ ਇਫੈਕਟ ਹੈ, ਬਹੁਤ ਇਫੈਕਟ ਪਊਗਾ ਜੀ, ਹੱਦ ਤੋਂ ਵੱਧ ਇਫੈਕਟ ਪਊਗਾ ਜੀ। ਹਾਂ, ਸਿਮਰਨਜੀਤ ਸਿੰਘ ਮਾਨ 'ਚ ਕੀ ਕੁਆਲਿਟੀ ਮੰਨਦੇ ਹੋ ਤੁਸੀਂ, ਜਿਵੇਂ ਨਾਮ ਲੈ ਰਹੇ ਹੋ ਕਿ ਵੋਟਾਂ ਉੱਧਰ ਪਾਵਾਂਗੇ? ਆਪਾਂ ਸਾਰੇ ਲੀਡਰਾਂ ਦੀ ਕੁਆਲਿਟੀ ਦੇਖਦੇ ਨੇ ਵੀ ਉਹਨਾਂ 'ਚ ਆਹ ਕੁਆਲਿਟੀ ਆ, ਉਹਨਾਂ 'ਚ ਆਹ ਕੁਆਲਿਟੀ ਆ, ਤੁਸੀਂ ਕੀ ਕੁਆਲਿਟੀ ਮੰਨਦੇ ਹੋ? ਇੱਕ ਇਮਾਨਦਾਰ ਯੋਧੇ ਨੇ ਜੀ ਉਹ। ਬਾਕੀ ਤੁਸੀਂ ਆਪਾਂ ਨੂੰ ਅਮੀਤ ਯਾਰ ਬਾਰੇ ਵੀ ਪਤੀ ਹੈ ਅਤੇ ਖਹਿਰੇ ਬਾਰੇ ਵੀ ਪਤੀ ਹੈ, ਅਰਵਿੰਦਰ ਖੰਨੇ ਬਾਰੇ ਤਾਂ ਹੁਣ ਆਪਾਂ ਨੂੰ ਪਤੀ ਹੈ ਜੀ, ਅਤੇ ਅਕਾਲੀ ਦਲ ਦਾ ਹੁਣ ਰਹੀ ਨਹੀਂ ਕੁਛ, ਉਹਦਾ ਪਤੀ ਹੈ ਹੁਣ। ਸਿਮਰਜੀਤ ਮਾਨ ਇੱਕ ਸੱਚੇ ਅਤੇ ਸੁੱਚੇ ਬੇਦਾਗ ਇਮਾਨਦਾਰ ਬੰਦੇ ਨੇ ਜੀ। ਠੀਕ ਹੈ, ਅੱਛਾ, ਇਮਾਨਦਾਰੀ ਕਰਕੇ ਇੱਕ ਕਿਰਦਾਰ ਦੀ ਗੱਲ ਹੁੰਦੀ ਹੈ, ਜਦੋਂ ਹੁੰਦਾ ਵੀ ਕਿਰਦਾਰ ਆ, ਵੀ ਕਿਰਦਾਰ ਕਿਹਦਾ ਵਧੀਆ, ਤੁਹਾਨੂੰ ਕਿਰਦਾਰ ਉਹਨਾਂ ਦਾ ਵਧੀਆ ਲੱਗਾ? ਸਾਨੂੰ ਸਿਮਰਜੀਤ ਸਿੰਘ ਮਾਨ ਦਾ ਕਿਰਦਾਰ ਵਧੀਆ ਲੱਗਿਆ, ਅਸੀਂ ਜਿੱਦੇ ਦੇ ਵੋਟ ਪਾਉਣ ਲੱਗੇ ਹਾਂ ਸਿਮਰਜੀਤ ਸਿੰਘ ਮਾਨ ਨੂੰ ਹੀ ਵੋਟ ਪਾਉਣੇ ਜੀ। ਪਰ ਜਦੋਂ ਜਿਮਨੀ ਚੋਣ ਹੋਈ ਸੀ ਕਿ ਮਾਹੌਲ ਵੱਖਰਾ ਜੀ, ਹਾਲਾਤ ਵੱਖਰੇ ਨੇ, ਕਾਂਗਰਸੀਆਂ ਨੇ ਵੋਟਾਂ ਪਾਈਆਂ ਉਹਨਾਂ ਨੂੰ, ਅਕਾਲੀ ਦਲ ਦੇ ਵੋਟਰਾਂ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ ਨੇ ਕਿ ਹੁਣ ਮਾਹੌਲ ਵੱਖਰਾ, ਹੁਣ ਅਕਾਲੀ ਦਲ ਵਾਲੇ ਅਕਾਲੀ ਦਲ ਨੂੰ ਪਾਉਣਗੇ, ਕਾਂਗਰਸ ਵਾਲੇ ਕਾਂਗਰਸ ਨੂੰ ਪਾਉਣਗੇ, ਵੀ ਉਹਦੇ ਕਰਕੇ ਸਿਮਰਜੀਤ ਸਿੰਘ ਮਾਨ ਨੂੰ ਬਹੁਤ ਘੱਟ ਪੈਣਗੀਆਂ? ਨਹੀਂ ਜੀ, ਇਹ ਤਾਂ ਹੋ ਹੀ ਨਹੀਂ ਸਕਦਾ। ਸਿਮਰਜੀਤ ਸਿੰਘ ਮਾਨ ਦੀ ਵੋਟ ਆ ਨਾ, ਪਿੰਡ ਦੇ ਵਿੱਚ ਜਾ ਕੇ ਦੇਖ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਸਿਮਰਜੀਤ ਸਿੰਘ ਮਾਨ ਦੀ ਵੋਟ ਤਾਂ ਬੋਲ ਰਹੀ ਹੈ ਇਸ ਵਾਰ ਤਾਂ। ਸਿਆਣੇ ਬਜ਼ੁਰਗ, ਜ਼ਿਮੀਂਦਾਰ ਭਾਈਚਾਰਾ, ਬਾਕੀ ਆਪਣੇ ਛੋਟੇ ਭਾਈਚਾਰੇ, ਇਹ ਵੀ ਸਾਰੇ ਸਿਮਰਜੀਤ ਮਾਨ ਦੇ ਹੱਕ 'ਚ ਬੋਲ ਰਹੇ ਨੇ, ਅੱਜ ਕਿਤਾ ਵੋਟ ਜੱਗਰ ਬੋਲ ਰਹੀ ਹੈ ਜੀ ਉਹਨਾਂ ਦੀ। ਹਾਂਜੀ, ਸੋ ਲੋਕ ਸਭਾ ਹਲਕਾ ਸੰਗਰੂਰ ਤੋਂ ਜੱਜਮੈਂਟਾਂ ਵੱਖੋ ਵੱਖਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਕੌਣ ਜਿੱਤ ਸਕਦਾ, ਕੌਣ ਮੈਂਬਰ ਪਾਰਲੀਮੈਂਟ ਬਣ ਸਕਦਾ। ਸੋ ਲਗਾਤਾਰ ਜਿਹੜਾ ਓਪੀਨੀਅਨ ਆ, ਕਿਉਂਕਿ ਨੌਜਵਾਨ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਕਿ ਜਿਮਨੀ ਚੋਣ ਵਾਂਗ ਹੀ ਹਾਲਾਤ ਰਹਿਣਗੇ। ਹੁਣ ਦੇਖਣਾ ਹੋਵੇਗਾ ਕਿ ਜਿਮਨੀ ਚੋਣ ਵਾਂਗ ਹੀ ਹਾਲਾਤ ਰਹਿੰਦੇ ਨੇ, ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਦੂਜੀਆਂ ਪਾਰਟੀ ਵਾਲਿਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਨੇ ਜੀ, ਤਾਂ ਸਿਮਰਨਜੀਤ ਸਿੰਘ ਮਾਨ ਜਿੱਤੇ, ਪਰ ਹੁਣ ਕਿਵੇਂ ਦੇ ਹਾਲਾਤ ਰਹਿਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਜਾ, ਸੈਂਟਰਲ ਪੰਜਾਬ TV।